ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਨਗ ਸੇਲ ਲਈ ਲੈ ਕੇ ਆਏ ਜੀ, ਗੱਬਣ ਬੱਚੀ, ਤੋਕੜ ਗੱਬਣਗਾ ਤੇ ਤਾਜ਼ੀਆਂ ਸੂਣ ਵਾਲੀਆਂ ਸੂਈ ਵੀ ਬਾਈ ਤੇ ਇੱਕ ਮੱਝ ਆ ਬਾਈ। ਆਓ ਪੁੱਛ ਲੈਂਦੇ ਹਾਂ ਬਾਈ ਤੋਂ ਡਿਟੇਲ। ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ, ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ। ਜੇ ਕੋਈ ਵੀਰਾਂ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ, ਕੰਟੈਕਟ ਨੰਬਰ ਨੋਟ ਕਰੋ 84467 15312। ਅੱਜ ਬਾਈ ਜੀ, ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਹੋਰ ਕੁਲਵੀਰ ਠੀਕ ਹੋ? ਵਧੀਆ 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 ਬਾਈ, ਵਧੀਆ ਚੱਲਦਾ ਕੰਮ ਕਰ? ਹਾਂਜੀ, ਕੰਮ ਕਰ ਪੂਰਾ ਵਧੀਆ। ਨਾਮ ਤੇ ਐਡਰੈਸ ਬੋਲ ਦਿਓ। ਨਾਮ ਬਾਈ ਕੁਲਵੀਰ ਸਿੰਘ, ਪਿੰਡ ਬੁਰਥੋੜ, ਜ਼ਿਲ੍ਹਾ ਬਠਿੰਡਾ, ਤਹਿਸੀਲ ਰਾਮਪੁਰਾ ਫੂਲ। ਨੇੜੇ ਪਿੰਡ ਬਾਈ? ਨੇੜੇ ਬਾਈ, 4 ਕਿਲੋਮੀਟਰ ਭਗਤਾ ਬਾਈ ਆ, ਇੱਧਰ 8 ਕਿਲੋਮੀਟਰ ਆਪਾਂ ਨੂੰ ਬਾਜਾ ਖਾਨਾ ਜੀ। ਮੋਬਾਈਲ ਨੰਬਰ ਬੋਲ ਦਿਓ। 7142 2043। ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ ਬਾਈ। ਜਿਹੜੀ ਪਹਿਲੇ ਨੰਬਰ ਦੇ ਬੈਠਦੇ ਨੇ, ਕਿੰਨੇ ਟਾਈਮ ਦੀ ਗੱਬਣਾ ਇਹ ਬਾਈ? 14 ਮਹੀਨੇ ਪਲੱਸ ਆ। ਠੀਕ ਆ, ਤੇ ਪਹਿਲਾਂ ਅਫਸਰ ਗੱਬਣ ਬੱਚੀ ਆ ਇਹ? ਠੀਕ ਆ, ਹਾਂਜੀ। ਕਿਹੜੇ ਸੀਮਨ ਦੀ ਆ ਪਤਾ ਕੁਛ? ਨਹੀਂ, ਸੀਮਨ ਦਾ ਨਹੀਂ ਵੀਰੇ ਪਤਾ। ਮਾਂ ਦਾ ਦੁੱਧ ਬਾਈ? ਮਾਂ ਦਾ ਦੁੱਧ ਸੀਗਾ 25-26 ਕਿਲੋ। ਥਣ ਬੜਾ ਚੰਗਾ ਲੱਗਿਆ ਹਨਾ? ਹਾਂਜੀ, ਥਣ ਕੱਲਾ। ਫੇਸ ਬੜਾ ਪਿਆਰਾ, ਰੰਗ ਰੂਪ ਚੰਗਾ, ਕਲਰ ਆ ਜਿਹਨੂੰ ਬਾਈ, ਕਲਰ ਬਹੁਤ ਚੰਗਾ। ਬਾਕੀ ਰਾਜੀ ਆ ਬੱਚੀ ਗੱਬਣ, ਚੈੱਕ ਪਾਸ ਆ ਨਾ? ਹਾਂ, ਚੈੱਕ ਪਾਸ ਬਾਈ ਆਪਣੀ ਕਰਵਾਈ ਵੀ ਆ। ਅਗਲਾ ਆਪਦੀ ਕਰਾ ਲੈ ਬਾਈ ਨਾਲ ਸੌਦਾ ਹੁੰਦਾ, ਮੈਂ ਉਹਦੀ ਭਾਅ ਤਸੱਲੀ ਕਰਵਾ ਕੇ ਲੈ ਜੀ, ਜੇ ਆਨਲਾਈਨ ਮੰਗਾਉਂਦਾ ਆਪਾਂ ਉਹਦੀ ਗਰੰਟੀ ਦੇ ਵੀ ਘੱਲ ਦਾਂਗੇ। ਠੀਕ ਆ ਬਾਈ, ਇਹ ਨਹੀਂ ਗੱਲ ਅਗਲਾ ਚੈੱਕ ਕਰਾ ਕੇ ਬਾਅਦ ਬੈਕ ਰਿਪੋਰਟ ਕਰਦੇ। ਹਾਂਜੀ ਹਾਂਜੀ ਹਾਂਜੀ। ਠੀਕ ਆ ਬਾਈ, ਮੁੱਲ ਵੀਰੇ? ਮੁੱਲ ਬਾਈ ਇਹਦਾ 37,000 ਰੁਪਇਆ। ਮਾਨ ਤਾਨ ਹੋ ਜੂ ਬਾਈ? ਹਾਂ, ਮਾਨ ਤਾਨ ਹੋ ਜੂ। 37,000 ਰੁਪਇਆ ਮੁੱਲ ਆ ਬਾਈ, ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋਈ। ਵੀਡੀਓ 'ਚ ਅੱਗੇ ਵੀ ਬਾਈ ਆਪਾਂ ਕਹਿੰਦੇ ਆ ਕਿ ਆਪਾਂ ਲੋਕਾਂ ਨੂੰ 5-5 ਹਜ਼ਾਰ ਰੁਪਇਆ ਨਹੀਂ ਘੱਟ ਕਰਦੇ, ਤੇ 37,000 ਰੁਪਇਆ ਮੰਗਿਆ, 35,000 ਦੀ ਬੱਚੀ ਦੇਵਾਂਗੇ, 2-2 ਹਜ਼ਾਰ ਰੁਪਏ ਦੇ ਰੇਟ ਦਾ ਫਰਕ ਹੋਊਗਾ ਆਪਣਾ। ਇਹ ਨਹੀਂ ਕਿ ਮੰਗ ਕੇ 55 ਮਰੋ 5 ਕਰਕੇ 50 ਹੀ ਕਹਿੰਦਾ, ਇਹਨਾਂ ਦਾ ਉਹ ਝਗੜਾ ਖੁਸ਼ ਹੁੰਦਾ, ਉਹ ਚੀਜ਼ ਨਹੀਂ ਆਪਾਂ ਕਰਨੀ। ਜਿਹੜਾ ਰੇਟ ਕਹਿੰਦਾ ਆਪਾਂ ਫਿਕਸ ਹੀ ਹੋਊਗਾ। ਬਹੁਤ ਠੀਕ, ਤੇ 35,000 ਦੀ ਬੱਚੀ ਦੇਵਾਂਗੇ, ਰੇਟ ਦਾ 37,000 ਮੁੱਲ ਕਰਾਉਣਾ ਬਾਈ, 37 ਕਰਾ ਲਓ, 40 ਕਰਾ ਲਓ, 37,000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ। ਇਹ ਜਾਣੇ ਨਾ ਬਾਈ ਸੌਖਾ ਹੋਇਆ, ਵੀਡੀਓ ਤੋਂ ਫੋਨ ਆਉਂਦੇ ਜਾਰੇ, ਜਿਹੜੇ ਬੰਦੇ ਕਈ ਵਾਰੀ ਕੋਈ ਵਿੱਚ ਬੰਦੇ ਚੌੜ ਕਰਨ ਵਾਲੇ ਵੀ ਹੁੰਦੇ ਆ, ਵਿੱਚ ਜਿਹੜੇ ਪਸ਼ੂ ਲੈਣ ਵਾਲੇ ਬੰਦੇ ਉਹ ਰਹਿ ਜਾਂਦੇ ਆ, ਤਾਂ ਕਰਕੇ ਆਪਾਂ ਰੇਟ ਨਾਲ ਫਿਕਸ ਹੀ ਰੱਖਣੇ ਆ। ਫਿਕਸ ਹੀ ਰੱਖਣੇ, ਹਾਂ, ਕਿ ਬਾਅਦ ਚ ਬਸ ਜਿਹਨੇ ਬਾਈ ਨੇ ਲੈਣਾ ਬਸ ਉਹੀ ਫੋਨ ਲਾਊਗਾ। ਠੀਕ ਆ ਬਾਈ, ਹਾਂਜੀ। 2 ਨੰਬਰ ਤੋਕੜ ਗੱਬਣ ਇਹ ਬਾਈ, ਤੋਕੜ ਗੱਬਣ ਆ। ਕਿਹੜਾ ਸੂਆ ਸੂਈ ਵੀ ਆ ਇਹ ਬਾਈ? ਪਹਿਲਾ ਸੂਆ ਸੂਈ ਵੀ ਆ, ਦੂਜੇ ਵਾਸਤੇ ਗੱਬਣ ਆ, 4.5 ਮਹੀਨਿਆਂ ਦੀ ਚੈੱਕ ਪਾਸ ਹੈ। ਚੈੱਕ ਪਾਸ ਆਪਣੀ ਕਰਾਈ ਵੀ ਆ, ਇਹੀ ਗੱਲ ਬੱਚੀ ਵਾਲੇ ਵੀ ਫੇਰ ਆ ਗਈ ਬਾਈ ਜੀ, 1 ਦਿਨ ਤੱਕ ਗਰੰਟੀ ਹੋਊਗੀ, 2 ਦਿਨਾਂ ਤੱਕ, ਇਹ ਨਹੀਂ ਕਿ 10-15 ਦਿਨ ਤੱਕ। ਆਨਲਾਈਨ ਜੇ ਕੋਈ ਮੰਗਾਉਂਦਾ ਖਾਣ ਦੀ, ਚੈੱਕ ਪਾਸ ਦੀ ਆਪਣੀ ਗਰੰਟੀ ਹੋਊਗੀ, ਪਰ ਹੋਊਗੀ 2 ਦਿਨਾਂ ਤੱਕ। ਉਦੋਂ ਬਾਅਦ ਜੇ ਆਪਣੇ ਕੋਈ 19-21 ਹੁੰਦੀ ਆ ਤਾਂ ਆਪਣੇ ਘਰੇ ਆਵੇ, ਸਣੇ ਗੱਡੀ ਦਾ ਕਰਾਇਆ ਤੇ ਨਹੀਂ ਆਉਣ ਵਾਲਾ ਦੀ ਰੱਖ ਲਈ। ਸਾਰਿਆਂ ਨਾਲੋਂ ਵੱਡੀ ਗੱਲ ਇਹ ਆ, ਅਗਲਾ ਦੀ ਤਸੱਲੀ ਕਰਵਾ ਕੇ ਲੈ ਕੇ ਜਾਵੇ। ਦੁੱਧ ਕਿੰਨਾ? ਦੁੱਧ ਬਾਈ 10 ਲੀਟਰ ਆਇਆ ਥੱਲੇ। ਨੈਟ ਤਿਆਰ? ਜਿਵੇਂ ਨੈਟ ਮੈਨ ਨਾਲ ਜਿੰਨਾ ਹੈਗਾ ਓਨਾ ਹੀ ਗਿਆ ਬਾਈ। ਖੋਲ ਦੇ ਬਾਈ, ਤੋੜ ਕੇ ਦਿਖਾ ਦੇ। ਕੱਦ ਬੈਡ ਚੰਗਾ, ਰੰਗ ਰੂਪ ਚੰਗਾ, ਫੇਸ ਬੜਾ ਪਿਆਰਾ, ਥਣ ਬਹੁਤ ਚੰਗਾ ਲੱਗਿਆ, ਚਵਾਈ ਬਹੁਤ ਚੰਗੀ ਹੋਈ। ਚਵਾਈ ਬਾਈ 1 ਨੰਬਰ। 1 ਨੰਬਰ ਆ ਜੀ, ਠੀਕ ਆ ਬਾਈ। ਤੋਕੜ ਗੱਬਣਾ ਬਾਈ, ਚੈੱਕ ਪਾਸ ਆ, ਥਣ ਥੁਣ ਚੰਗਾ ਗਾ, ਦੁੱਧ ਵੀ ਬਾਈ ਨੇ ਚੰਗਾ ਦੱਸਿਆ, ਤੋਰਾ ਤਾਰਾ ਵੀ ਚੰਗਾ, ਚੰਗੀ ਆ ਬੜਾ, ਸੁਨੱਖੀ ਆ ਬਾਈ। ਮੁੱਲ ਬਾਈ ਇਹਦਾ? ਮੁੱਲ ਬਾਈ ਇਹਦਾ 52,000 ਰੁਪਇਆ, 50,000 ਦੀ ਦੇਣੀ ਆ। ਮੁੱਲ 52 ਗਾ, 50,000 ਦੀ ਬਾਈ ਕਹਿੰਦਾ ਬੈਡ ਦੇ ਦਿਆਂਗੇ ਬਾਈ। ਕਲਰ ਬਹੁਤ ਚੰਗਾ, ਚਮਕ ਚਮਕ ਪੂਰੀ ਆ, ਥਣ ਲੇਵਾ ਬੜਾ ਚੰਗਾ, ਮੁੱਠੀ ਵਾਲਾ ਥਣ, ਕੱਲਾ ਕੱਲਾ ਥਣ, ਚੰਗੀ ਆ ਬੜ ਬਾਈ। ਅੱਗੇ ਭਰਾ 3 ਨੰਬਰ, ਕਿਹੜਾ ਸੂਆ ਸੁਣਦੀ ਆ ਵੀਰੇ? ਬਾਈ ਇਹ ਦੂਜਾ ਸੂਆ ਹੁੰਦੀ ਆ। ਕਿੰਨੇ ਦਿਨ ਲੈਂਦੀ ਆ ਬਾਈ? ਇਹ ਦਿਨ ਲੈ ਕੋਈ 5-4। ਇਹ ਠੀਕ ਆ ਬਾਈ, ਹਾਂਜੀ। ਕੀ ਰਿਕਾਰਡ ਆ ਦੁੱਧ ਆ ਬਾਈ? ਰਿਕਾਰਡ ਬਾਈ ਇਹਦਾ ਪਹਿਲੇ ਸੂਏ ਦਾ 14 ਕਿਲੋ ਪਾਇਆ ਵਾ। ਠੀਕ ਆ, ਕਿ ਆਪਾਂ ਕੋਈ 16-17 ਨਹੀਂ ਆ, 15+ ਦੋ ਦਊਗੀ। ਜਰਸੀ ਕਰੋਸ ਆ ਗਈ ਇਹ, ਝੋਲੀ ਸਾਫ ਆ, ਜਰਸੀ ਕਰੋਸ ਆ। ਦੁੱਧ ਕਿੰਨ? 14-15 ਦੇ ਆਰਾਮ ਨਾਲ ਬਾਈ, 15 ਤੋਂ ਪਲੱਸ ਚੱਲੂਗੀ, ਆਪਾਂ 15 ਕਹਿ ਕੇ ਦਿੰਦੇ ਹਾਂ। ਹਣ ਬੜਾ ਚੰਗਾ ਹਨਾ? ਹਾਂਜੀ, ਥਣ ਪੂਰਾ ਦੂਰਾ ਥਣ ਆ ਬਾਈ, ਦਿਨ ਲੈਂਦੀ ਆ, ਕਲਰ ਬਹੁਤ ਚੰਗਾ,
ਫੇਸ ਬੜਾ ਬਹੁਤ ਸੋਹਣੀ ਹੈ ਜੀ, ਫੇਸ ਬਹੁਤ ਚੰਗਾ, ਟੋਆ ਟੋਆ ਚੰਗਾ ਪੈਨ, ਕਰੋਸ ਜੀ ਬਰੀਟ ਆ, ਗਰਮੀ ਘੱਟ ਬਣੂ, ਹੈਂਡ ਆ ਜਿਹੜੀ ਗਰਮ ਵਾਲੀ ਦੀ ਚੰਗੀ ਆਊਗੀ, ਤੋਰਾ ਤਾਰਾ ਚੰਗਾ ਚੰਗੀ ਆ ਬੈਡ ਬਾਈ। ਮੁੱਲ ਭਰਾ ਇਹਦਾ ਫਿਰ? ਇਹਦਾ ਬਾਈ 47,000 ਰੁਪਇਆ, 45 ਦੇਵਾਂਗੇ। 47,000 ਰੁਪਇਆ ਮੁੱਲ ਆ, 45,000 ਦੀ ਬਾਈ ਕਹਿੰਦਾ ਬੈਡ ਆਪਾਂ ਦੇ ਰਹੇ ਹਾਂ। ਠੰਡਾ ਕਹਿੰਦਾ ਬਾਈ ਕੋਈ ਅੰਤੀ ਨਹੀਂ, ਮੈਂ ਕਹਿੰਦਾ ਜਿਵੇਂ ਮਰਜ਼ੀ ਹੱਥ ਫੇਰੀ ਚੱਲ, ਕੋਈ ਚੱਕਰ ਹੀ ਨਹੀਂ, ਠੰਡੀ ਸੀਲ ਆ ਬਾਈ, ਕੱਚੀ ਆ ਹਜੇ ਬਾਈ ਦਿਨ ਲੈਂਦੀ ਆ, ਆਰਡਰ ਕਰਨ ਵਾਲੀ ਨੇ ਹੋਰ ਹੀ ਵਧੀਆ ਬਣਾ ਲੈਣਾ, ਠੰਡੀ ਸੀਲ ਪੂਰੀ ਆ ਬਾਈ ਨੇ ਹੱਥ ਲਾ ਕੇ ਦਿਖਾਇਆ, ਕਿਹਾ ਗਰਮ ਵਾਲੀ ਨੇ ਕੁਛ ਨਹੀਂ ਗਾ, ਤੋਰਾ ਤਾਰਾ ਵੀ ਚੰਗਾ ਗਾ। ਸਾਰੀਆਂ ਬਲਡਲਾਂ ਕੱਢ ਲੂ ਨੇੜੇ ਜਾ ਕੇ, ਦਿਨ ਹਜੇ ਕਿੰਨੇ 5-4 ਦਿਨ ਹੀ ਲੈਂਦੀਆਂ? 5-4 ਦਿਨ ਲੈ ਜੂਗੀ ਬਾਈ। ਠੀਕ ਆ, ਉਸ ਪਹਿਲਾਂ ਵੀ ਆਪਣੇ ਘਰੇ ਆ ਕੇ ਉਪਰਾ ਕਰ ਜਾਂਦਾ ਪਸ਼ੂ। ਹਾਂਜੀ, ਪਰ ਲੇਵਾ ਅੱਜ ਵੀ ਤਿਆਰ ਖੜੀ ਖੜੀ, ਜੇ ਸੂਪ ਪੂ ਤਾਂ ਵੀ ਕੋਈ ਡਰ ਨਹੀਂ। ਸਹੀ ਗੱਲ, ਤੇ ਠੰਡੀ ਦਾ ਕੋਈ ਅੰਤ ਨਹੀਂ ਬਾਈ। ਕੱਚੀ ਕੱਚੀ ਆ ਹਜੇ। ਅੱਗੇ ਭਰਾ 4 ਨੰਬਰ ਕਿਹੜਾ ਸੂਆ ਸੂਈ ਹੈ? ਇਹ ਬਾਈ ਪਹਿਲਾਂ ਸੂਆ ਸੂਈ ਆ। ਕਦੋਂ ਸੂਈ ਹੈ? ਦੋ ਦੰਦ ਦਾ ਮੂੰਹੋਂ, ਦੋ ਦੰਦ ਪਹਿਲਾਂ ਸੂਆ। ਹਾਂ, ਕਦੋਂ ਸੂਈ ਹੈ ਬਾਈ? ਕਿਵੇਂ ਕਦੋਂ ਸੂਈ ਹੈ? ਸੂਈ ਨੂੰ ਅੱਜ ਬਾਈ ਨੂੰ 5 ਮਾਰ ਲੈਣਾ। ਬੱਚਾ ਕਿਹੜਾ ਬਾਈ? ਬੱਚਾ ਇਹਦਾ 1 ਨੰਬਰ ਵਾਲਾ ਜੀ। 1 ਨੰਬਰ ਵਾਲਾ ਬੈਠਾ ਨਾ ਜਿਹੜਾ। ਠੀਕ ਆ, ਕਿੰਨਾ ਕੁ ਦੁੱਧ ਰੈਡੀ ਆ ਹੁਣ ਬਾਈ? ਇਹਦੇ ਸਾਰੇ ਦੁੱਧ ਹੁਣ ਇਸ ਟਾਈਮ 11 ਕਿਲੋ ਜਮਾਂ ਤਿਆਰ ਆ। ਠੀਕ ਆ, ਤੇ ਦੁੱਧ ਇਹ 14 ਕਿਲੋ ਦਊਗੀ। ਐਵੇਂ ਆਪਾਂ 16-17 ਕਹੀਏ ਉਹਦਾ ਕੋਈ ਫਾਇਦਾ ਨਹੀਂ, ਮੂੰਹੋਂ ਪਿਓਰ ਦੋ ਦੰਦ ਆ। ਪਿਓਰ ਦੋ ਦੰਦ ਨੇੜ ਤੋਂ ਨਹੀਂ ਕੱਢੇ ਬਾਈ ਦੰਦ, ਹੈ ਕੱਢੇ ਦੰਦ, ਦੋ ਦੰਦ ਤੋਂ ਬਾਹਰ ਹੋ ਗਈ। ਅੱਛਾ, ਤੇ ਹੈ ਦੋ ਦੰਦ ਚ ਪਿਓਰਾ ਚੱਕਿਆ ਹੀ ਆ, ਚੱਕ ਲਿਆ ਨਾ? ਹਾਂ, ਕੋਈ ਚੱਕਰ ਨਹੀਂ, ਚੱਲ। ਫੇਸ ਬੜਾ ਚੰਗਾ, ਹੋਦੀ ਵਾਦੀ ਚੰਗੀ ਆ, ਰੰਗ ਰੂਪ ਬਹੁਤ ਚੰਗਾ, ਥਣ ਬੜਾ ਕਮਾਲ ਦਾ ਬਾਈ, ਮੁੱਠੀ ਵਾਲਾ ਥਣ, ਕੱਲਾ ਕੱਲਾ ਥਣ, ਨਾੜਾ ਨੂੜਾ ਫੁੱਲ ਚੰਗੀਆਂ। ਹਾਂਜੀ, ਠੀਕ ਆ ਬਾਈ, ਤੋਰਾ ਤਾਰਾ ਬਹੁਤ ਚੰਗਾ, ਕੱਦ ਵਿੱਢ ਵੀ ਠੀਕ ਆ ਬਾਈ, ਸ਼ਾਮ ਤੱਕ ਕਟਰ ਦੀ ਕੁਆਲਿਟੀ ਕਰਨ ਵਾਲੀ ਨੇ ਪੂਰੀ ਵਧੀਆ ਤਿਆਰ ਕਰ ਲੈਣੀ ਆ, ਚੰਗੀ ਆ ਕੱਲ ਫੁੱਲ ਮਿਲਾ ਕੇ। ਸੇਲ ਠੰਡੀ ਇਹ ਵੀ ਪੂਰੀ ਫੁੱਲ ਆ, ਚਵਾਈ ਚਵਾਈ ਨੂੰ ਕਿਵੇਂ ਆ? 1 ਨੰਬਰ ਆ ਬਾਈ, 1 ਨੰਬਰ ਚਵਾਈ ਦਾ ਪਸ਼ੂ, ਤੇ ਸੇਲ ਠੰਡਾ ਆਪਣਾ ਫੁੱਲ ਹੋਊਗਾ, ਭਲਾ ਕੋਈ ਬੰਦਾ ਆਪਣੇ ਦੇ ਉਧਾਰ ਵੀ ਨਾ ਮਾਰੇ। ਠੀਕ ਆ, ਹਾਂ, ਪਰ ਅਗਲਾ ਤਸੱਲੀ ਕਰਨ ਵਾਲੇ ਪੈਸੇ ਲਾਉਣੇ ਹਨਾ, ਅਗਲੇ ਦਾ ਹੱਕ ਹੈਗਾ। ਸਹੀ ਗੱਲ ਆ, ਪਰ ਆਪਾਂ ਗਲਤ ਪਸ਼ੂ ਨਹੀਂ ਉਹ ਕਰਦੇ। ਮੁੱਲ ਕੀ ਆ ਭਰਾ ਇਹਦਾ? ਮੁੱਲ ਬਾਈ ਇਹਦਾ 45,000 ਰੁਪਇਆ। ਮਾਨਦਾਨ ਹੋ ਜੀ, ਇਹ 2,000 ਰੁਪਏ ਦੇ ਜੋ ਲੈਸੋ, 43,000 ਦੇ ਦੇਵਾਂਗੇ। 45,000 ਰੁਪਇਆ ਮੁੱਲ, 2,000 ਲੈਸੋ, 43,000 ਦੀ ਬਾਈ ਕਹਿੰਦਾ ਬੈਡ ਦੇ ਦੇਵਾਂਗੇ। ਆਰਡਰ ਚੰਗਾ, ਥਣ ਚੰਗਾ, ਬਾਕੀ ਮਾੜਾ ਮੋਟਾ ਚਲੋ ਮਾਨਸਨ ਫਿਰ ਵੀ ਪਊਗਾ, ਰੇਟ ਬਾਈ ਕਹਿੰਦਾ ਆਪਾਂ ਫਿਕਸ ਜੀ ਰੱਖਦੇ ਹੁੰਦੇ ਹਾਂ। ਠੀਕ ਆ, ਅੱਗੇ ਵੀਰੇ 5 ਨੰਬਰ ਕਿਹੜਾ ਸੂਆ ਬਾਈ? ਬਾਈ ਇਹ ਵੀ ਦੂਜਾ ਸੂਆ ਸੂਈ ਆ, ਤੇ ਇਹਨੂੰ ਸੂਈ ਨੂੰ ਅੱਜ ਦੂਜਾ ਦਿਨ ਆ ਸੂਆ, 5 ਵਜੇ ਸੂਈ ਆ ਕੱਲ੍ਹ। ਠੀਕ ਆ, ਥੱਲੇ ਬੋਹੜਾ ਹੈਗਾ 12 ਕਿਲੋ। ਠੀਕ ਆ, ਹਾਂ, ਤੇ ਜੇ ਮਗਰ ਬੱਚਾ ਇਹ ਜੇਰ ਜੂ ਰੋਕਿਆ? ਜੇਰ ਜੂ ਰੋਕੇ, ਆਪਣੀ ਗਰੰਟੀ ਜੇਰ ਆਪਣੇ ਘਰੇ ਪਈ ਹੈ ਜੀ। ਬੱਚਾ ਬੱਚਾ ਹਨਾ, ਬੱਚਾ ਹੀ ਆ 1 ਨੰਬਰ ਤੇ। ਠੀਕ ਆ, ਹਾਂਜੀ, ਤੇ ਥਣ ਬੜਾ ਚੰਗਾ ਹਨਾ, ਸੂਈ ਸਵਾਈ ਆ, ਬੱਚਾ ਮਗਰ ਬੱਚਾ ਗਾ, ਤੇ ਚੰਗੇ ਬੋਲੇ ਤੋਂ ਬਾਈ ਨੇ ਦੱਸਿਆ ਵੀ ਸਟਾਰਟ ਹੋਈ ਆ, ਤੋਰਾ ਤਾਰਾ ਬਹੁਤ ਚੰਗਾ ਬੈਡ ਵਾ। ਕਿੰਨਾ ਕੁ ਦੇ ਦੂ ਦੁੱਧ ਹੋਰ ਬਾਈ? ਦੁੱਧ 16-17 ਕਿਲੋ ਖੁੱਲਾ ਪਾਊਗੀ। ਠੀਕ ਆ, 12 ਕਿਲੋ ਇਸ ਟਾਈਮ ਥੱਲੇ ਬੋਲਾ ਹੀ ਆ, ਤੇ ਹਜੇ ਆਪਾਂ ਖਾਲੀ ਬੈਡ ਕੀਤੀ ਨੀ। ਤੇ ਮੁੱਲ ਕੀ ਆ ਭਰਾ ਇਹਦਾ ਫਿਰ? ਇਹਦਾ ਮੁੱਲ ਬਾਈ 47,000 ਰੁਪਇਆ ਇਹਦਾ ਹੈਗਾ, 45,000 ਦੀ ਆਪਾਂ ਬੈਡ ਇਹ ਦੇਣੀ ਆ, ਨਹੀਂ ਵੀ ਬੈਡ ਦਾ ਘਰਾਂ 'ਚ 55-57,000 ਰੁਪਇਆ ਮੰਗਦਾ, ਆਪਾਂ ਉਹ ਕੰਮ ਨਹੀਂ ਕੀਤਾ, ਆਪਾਂ ਇਹ ਆ ਕਿ ਵੀਡੀਓ ਦੇ ਪਸ਼ੂ ਬਾਈ ਘੰਟੇ ਸੇਲ ਹੋ ਜਾਣ, ਇਹ ਨਾ ਹੋਵੇ ਕਿ ਐਵੇਂ ਬੰਦਾ ਫੋਨ ਲਾਈ ਚੱਲੇ, 2 ਦਿਨਾਂ ਤੱਕ ਆਪਾਂ ਇਹੀ ਪਸ਼ੂ ਲਈ ਫਿਰ ਗਏ। ਸਹੀ ਗੱਲ, ਹੁਣ ਆਪਾਂ ਪਰਸੋਂ ਵੀਡੀਓ ਪਾਈ ਸੀ, ਸਾਰਾ ਮਾਲ ਸੇਲ ਹੋ ਗਿਆ ਬਾਈ। ਸਹੀ ਗੱਲ, ਜੇ ਮਾਲ ਸੇਲ ਹੋਊਗਾ ਫਿਰ ਹੀ ਆਪਾਂ ਨਵਾਂ ਲਿਆਵਾਂਗੇ। 47,000 ਰੁਪਇਆ ਮੁੱਲ ਆ ਬਾਈ, ਤੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਣਾ। ਕਿੰਨੇ ਦੀ ਦੇਵੋਗੇ? 45 ਦੀ? 45,000 ਦੀ ਬਾਈ। 45 ਦੀ ਬਾਈ ਕਹਿੰਦਾ ਦੇ ਦੇਵਾਂਗੇ, 47 ਮੁੱਲ ਆ ਬਾਈ। ਸੂਈ ਸਵਾਈ ਆ, ਬਾਹਲਾ ਬਾਈ ਨੇ ਬਹੁਤ ਚੰਗਾ ਦੱਸਿਆ, ਆਰਡਰ ਬਹੁਤ ਚੰਗਾ, ਸ਼ਾਮ ਤੱਕ ਆਰਡਰ ਆ ਜਿਹੜਾ ਵਧੀਆ ਬਣਾ ਲੂਗੀ ਬਾਈ। ਸੀਲ ਠੰਡੀ ਦਾ ਇਹਦਾ ਵੀ ਕੋਈ ਅੰਤ ਨਹੀਂ। ਠੀਕ ਆ, ਕੋਈ ਆਏ ਨਹੀਂ, ਆਪਾਂ ਗਰਮ ਕੋਈ ਵੀ ਨਹੀਂ ਹੋਊਗਾ, ਲੈ ਜਿਵੇਂ ਮਰਜ਼ੀ ਹੱਥ ਲਈ ਚੱਲ ਹੈ ਨਾ। ਹਾਂਜੀ, ਠੀਕ ਆ ਬਾਈ।
ਅੱਗੇ ਵੀਰੇ ਮੱਝ ਬਾਰੇ ਕਿਹੜਾ ਸੂਆ ਸੁਣੀ? ਇਹ ਬਾਈ ਤੀਜਾ ਸੂਆ ਸੁਣਦੀ ਆ। ਕਿੰਨੇ ਦਿਨ ਲੈਂਦੀ ਹੈ? ਦਿਨ ਬਾਈ ਲਈ ਹੋਏ 5-4 ਦਿਨ ਲਈਗੀ। ਠੀਕ ਆ ਬਾਈ। ਹਾਂ ਕੀ ਰਿਕਾਰਡ ਆ ਦੁੱਧ ਬਾਈ? ਦੁੱਧ ਬਾਈ ਦਾ ਦੂਜੇ ਸੂਏ ਉਹਨਾਂ ਨੇ ਆਪਾਂ ਨੂੰ ਦੱਸਣ ਦਾ 13 ਕਿਲੋ ਪਾਇਆ ਗਾ। ਫਿਰ ਆਪਾਂ ਨੂੰ ਬੜਾ ਐਵੇਂ ਕਹਿੰਦੇ ਇਹਦੀ ਗਰੰਟੀ ਵੀ ਨੀ, ਜਦੋਂ ਆਪਾਂ ਪੁੱਛਿਆ ਗਰੰਟੀ ਆ ਉਹਦਾ ਉਹਨੂੰ ਗਰੰਟੀ ਲੈਣੇ ਆ 13 ਕਿਲੋ ਉਹਨਾਂ ਨੇ ਕਿਹਾ ਗਾ, ਆਪਾਂ 13 ਕਹਿ ਕੇ ਦਿੰਦੇ ਆ ਬਾਈ। ਠੀਕ ਆ। ਹਾਂ ਕੱਦ ਚੰਗਾ, ਥਣ ਚੰਗਾ, ਕੱਚੀ ਜ਼ਰੂਰ ਆ ਹਜੇ ਦਿਨ ਲੈਂਦੀ ਆ। ਆਰਡਰ ਸੋਹਣਾ ਤਿਆਰ ਕਰ ਲਓ, ਦੁੱਧ ਦਾ ਰਿਕਾਰਡ ਬਾਈ ਨੇ ਚੰਗਾ ਦੱਸਿਆ ਗਾ। ਮੈਂ ਰਾਜੀ ਭਲੀ ਆ, ਸਿੰਘ ਸੁੰਘ ਸੋਹਣਾ ਹੈਗਾ। ਸਹੀ ਗੱਲ। ਹਾਂ ਮੁੱਲ ਕੀ ਰੱਖਦੇ ਨੇ? ਮੁੱਲ ਬਾਈ 92,000 ਰੁਪਇਆ ਇਹਦਾ। ਮਾਨਤਾਨ ਹੋ ਜੀ? ਮਾਨਤਾਨ ਹੋ ਜੂਗਾ, 90,000 ਦੀ ਦੇ ਦਿਆਂਗੇ। ਇਹ ਵੀ 2,000 ਰੁਪਇਆ ਇਹ ਜੋ ਮਾਨਤਾਨ ਆਈ। 92,000 ਰੁਪਇਆ ਮੁੱਲ ਤੇ 90,000 ਦੀ ਬਾਈ ਕਹਿੰਦਾ ਮੱਝ ਦੇ ਦਿਆਂਗੇ। ਲੇਵੇ ਦੀ ਸਟਾਰਟਿੰਗ ਇਹਦੀ ਪੂਰੀ ਵਧੀਆ ਆ ਗਈ। ਲੇਵੇ ਦੀ ਸਟਾਰਟਿੰਗ ਦਿਖਾਉਂਦੇ ਆ। ਥਣ ਬਹੁਤ ਚੰਗਾ, ਅੱਗੇ ਤੋਂ ਵੀ ਲੇਵਾ ਚੰਗਾ, ਪਿਛਾਂਹ ਤੋਂ ਵੀ ਲੇਵਾ ਬਹੁਤ ਚੰਗਾ, ਉੱਪਰੋਂ ਸੂਗਲੋਂ ਲੇਵਾ ਸ਼ੁਰੂ ਹੋ ਜਾਂਦਾ। ਬਹੁਤ ਸੋਹਣਾ, ਬਹੁਤ ਚੰਗੀ ਹੈ ਲੇਵੇ ਦੀ, ਹੈ ਨਾ? ਹਾਂਜੀ। ਕਾਂਗਾ ਗੁਮਰੇ ਚੌੜਾ ਹਵਾ ਨਾਲ ਸਟਾਰਟ ਕੀਤਾ। ਸਹੀ ਗੱਲ ਹੈ, ਮੰਗਾ ਤਾਂ ਜ਼ਿਆਦਾ ਹੀ ਵੱਟ ਕਰ ਦਿੰਦੇ ਲੇਵਾ ਭਰ ਦਿੰਦੇ। ਸਹੀ ਗੱਲ ਹੈ ਬਾਈ, ਇਹ ਮੱਝ ਤਾਂ ਮੌਕੇ ਦੀ ਲਾਉਂਦੀ ਹੁੰਦੀ ਆ। ਨਾਗ ਭਰਾ ਕੋਲੇ ਸੀਗੇ ਜਿਹੜੇ ਸਾਰੀ ਦਿਖਾਤੇ ਬਈ, ਗੱਬਣ ਬੱਚੀ ਤੋਕੜ, ਗੱਬਣ ਸੂਣ ਵਾਲੀ ਤੇ ਸੂਈਆਂ ਵੀਆਂ ਤੇ ਮੱਝ। ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ ਬਾਈ।